ਵੀ ਉਹ ਕਦੇ ਨਸ਼ਾ ਨਹੀਂ ਕੀਤਾ ਅਤੇ ਬਹੁਤ ਪੜ੍ਹਾਇਆ ਸੀ ਇਹਨਾਂ ਨੂੰ ਅਸੀਂ ਅਤੇ ਮੁੜ ਕੇ ਮਤਲਬ ਨਾ ਹੀ ਪਰ ਕਿਹੜੇ ਹਿਸਾਬ ਨਾਲ ਨਸ਼ੇ 'ਚ ਪੈ ਗਿਆ ਮੁੰਡਿਆਂ ਦੇ ਵਿੱਚ ਬਹਿ ਕੇ ਬਾਹਰ ਵੀ ਪੜ੍ਹਦਾ ਸੀ ਜਦੋਂ ਮਤਲਬ ਨਸ਼ਿਆਂ 'ਚ ਪੈ ਗਿਆ ਉਮਰ ਸਾਰੀ 24 ਸਾਲ ਉਮਰ ਸੀ। ਚਿੱਟੇ ਕਾਰਨ ਇੱਕ ਹੋਰ ਘਰ ਤਬਾਹ ਹੋ ਗਿਆ। ਤਸਵੀਰਾਂ ਉਸ ਮਾਂ ਦੀਆਂ ਨੇ ਜਿਸ ਨੇ ਰੋਂਦੀ ਰੋਂਦੀ ਨੇ ਆਪਣੇ ਘਰ ਦੀ ਆਪਣੇ ਬੇਟੇ ਦੀ ਦਾਸਤਾਨ ਨੂੰ ਬਿਆਨ ਕੀਤਾ। ਇਸ ਨੇ ਦੱਸਿਆ ਕਿ ਨਸ਼ੇ ਦੀ ਪੂਰਤੀ ਦੇ ਵਿੱਚ ਉਸਦੇ ਬੇਟੇ ਨੇ ਘਰ ਦਾ ਬਹੁਤ ਸਾਰਾ ਸਮਾਨ ਵੇਚ ਦਿੱਤਾ। ਇਲਾਕੇ ਦੇ ਵਿੱਚ ਇੱਕ ਨੌ ਸੱਸ ਨਸ਼ੇ ਦੇ ਤਸਕਰ ਨੇ ਔਰ ਉਹ ਬਿਨਾਂ ਰੋਕ ਟੋਕ ਤੋਂ ਬੇਲਗਾਮ ਔਰ ਧੜੱਲੇ ਦੇ ਨਾਲ ਨਸ਼ਾ ਵੇਚ ਰਹੇ ਨੇ। 25 ਸਾਲ ਇਸਦੇ ਬੇਟੇ ਦੀ ਉਮਰ ਸੀ ਜਿਸ ਦੀ ਵੱਧ ਨਸ਼ਾ ਲੈਣ ਦੇ ਕਾਰਨ ਮੌਤ ਹੋ ਗਈ। ਇਹ ਨੌਜਵਾਨ ਤਰਨ ਤਾਰਨ ਦੇ ਪਿੰਡ ਅਲਾਦੀਨਪੁਰ ਦਾ ਰਹਿਣ ਵਾਲਾ ਸੀ। 25 ਸਾਲ ਇਸਦੀ ਉਮਰ ਸੀ। ਨੌਜਵਾਨ ਦੀ ਮਾਂ ਨੇ ਦੱਸਿਆ ਕਿ ਜਜਵੀਰ ਸਿੰਘ ਦਾ ਪ੍ਰਾਈਵੇਟ ਸੈਂਟਰ ਹਰੀਕੇ ਪਤਨ ਵਿਖੇ ਇਲਾਜ ਚੱਲ ਰਿਹਾ ਸੀ। ਜੋ 3 ਦਿਨ ਪਹਿਲਾਂ ਹੀ ਇਲਾਜ ਕਰਵਾ ਕੇ ਘਰ ਆਇਆ ਸੀ। ਇਸ ਨੇ ਮੁੜ ਜੋਧਪੁਰ ਦੀ ਇੱਕ ਨੌ ਸੱਸ ਤੋਂ ਨਸ਼ਾ ਖਰੀਦ ਕੇ ਲਿਆਂਦਾ ਤੇ ਵੱਧ ਨਸ਼ਾ ਲੈਣ ਦੇ ਕਾਰਨ ਇਸਦੀ ਮੌਤ ਹੋ ਗਈ। ਹੁਣ ਤੱਕ ਇਸ ਨੌਜਵਾਨ ਨੇ ਘਰ ਦਾ ਬਹੁਤ ਸਾਰਾ ਸਮਾਨ ਨਸ਼ੇ ਦੀ ਪੂਰਤੀ ਦੇ ਲਈ ਵੇਚ ਦਿੱਤਾ। ਤਾਂ ਜੋਧਪੁਰ ਦੀ ਇੱਕ ਨੌ ਸੱਸ ਹੈ ਜਿਸ ਤੇ ਇੱਕ ਪੀੜਤ ਮਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਸਦੇ ਵੱਲੋਂ ਧੜੱਲੇ ਦੇ ਨਾਲ ਨਸ਼ਾ ਵੇਚਿਆ ਜਾ ਰਿਹਾ। ਸੋ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬੇਟਾ ਮੇਰਾ ਨਾ ਨਸ਼ਾ ਕਰਦਾ ਸੀ, ਉਹਨਾਂ ਸੈਂਟਰ 'ਚ ਦਿੱਤਾ ਸੀ, ਪ੍ਰਾਈਵੇਟ ਸੈਂਟਰ ਦੇ ਵਿੱਚ, ਅਤੇ ਆਉਂਦੀ ਅਸੀਂ ਪਰਸੋਂ ਅਸੀਂ ਉਹਨੂੰ ਲੈ ਕੇ ਆਏ ਹਾਂ ਅਤੇ ਉਮਰਿਆਂ ਸਾਰੀ ਜੱਟੀ ਵੱਲ ਚੱਲ ਗਿਆ ਵਾ ਅਤੇ ਮੈਂ ਉਹਨੂੰ ਡੱਕਿਆ, ਮੈਂ ਜੱਟੀ ਵੱਲ ਨਹੀਂ ਜਾਣਾ। ਆਉਂਦਾ ਮੈਂ ਮਾਂ ਬਣਾਈ ਹਾਂ, ਉਹਨੇ ਉਮਰ ਲੋ ਟੀਕਾ ਲਾ ਕੇ, ਪਰ ਟੀਕਾ ਲਾਇਆ ਕਿ ਉਤਰਾ ਪੀਤੀ, ਸਾਨੂੰ ਇਹ ਨਹੀਂ ਪਤਾ, ਅਤੇ ਅਸੀਂ ਉਹਦੇ ਉਸਦੇ ਘਰ ਦੇ ਵਿੱਚੋਂ ਭੱਜ ਕੇ ਅਤੇ ਉਹ ਪਾਸੇ ਜਾ ਕੇ ਡਿੱਗਾ ਅੱਜ 6 ਤਰੀਕ ਨੂੰ ਅਤੇ ਘਰੋਂ 11 ਵਜੇ ਦਾ ਗਿਆ ਅਤੇ ਸਾਨੂੰ 3 ਵਜੇ ਪਤਾ ਲੱਗਾ ਅਤੇ ਉਹ ਪਿੰਡਿਆਂ ਨੂੰ ਪਤਾ ਲੱਗਾ ਕਿ ਸਾਨੂੰ ਉਹ ਵੀ ਪਤਾ ਨਹੀਂ ਲੱਗਾ ਅਸੀਂ ਘਰ ਡੀਕਣ ਡੇ ਵੀ ਆਇਆ ਨਹੀਂਗਾ ਅਤੇ ਘਰ ਦਾ ਜੋ ਵੀ ਸਮਾਨ ਉਹਨੇ ਸਾਰਾ ਹੀ ਵੇਚ ਘੱਤਿਆ, 2 ਮੋਟਰਸਾਈਕਲ ਅਤੇ ਜੋ ਸਾਡਾ ਬਿਸਤਰਾ, ਜੋ ਸਾਡੇ ਭਾਂਡੇ, ਸਿਲੰਡਰ, 3 ਸਿਲੰਡਰ ਹੀ ਸਾਡੇ ਚੱਲ ਗਏ ਸਾਡੇ ਘਰੋਂ ਅਤੇ ਘਰ ਵਾਲਾ ਮੇਰਾ ਅੱਗੇ ਨਹੀਂ ਹੈਗਾ ਅਤੇ ਅਸੀਂ ਸਾਡੇ ਘਰ 'ਤੇ ਬਹੁਤ ਜ਼ਿਆਦਾ ਗਰੀਬੀ ਪਾਈ ਹੋਈ ਇਹਨੇ ਹੈਂ ਅਤੇ ਜੇ ਅਸੀਂ ਆਉਂਦੇ ਅਸੀਂ ਜੱਟੀ ਕੋਲ ਜਾਣਾ ਜਾਂਦਾ ਤੂੰ ਆਖਣਾ ਮੈਨੂੰ ਉਧਾਰ ਵੀ ਦੇ ਦਿੰਦੀ ਉਹ ਮੁੜ ਕੇ ਉਹ ਸਮਾਨ ਮੰਗਾ ਲੈਂਦੀ ਮੇਰੇ ਤੋਂ ਹੈ ਉਹਨੇ ਜੋ ਗੱਡੀ ਦਾ ਟਾਇਰ ਸਾਡੇ ਗੱਡੀਆਂ ਸੀ ਗੱਡੀਆਂ ਵੀ ਵੇਗੀਆਂ ਸਭ ਕੁਝ ਵੇਗਿਆ ਸਭ ਕੁਝ ਹੀ ਉਹਦੇ ਘਰ ਚੱਲ ਗਿਆ ਸਾਡਾ ਅਤੇ ਅੱਜ ਸਾਡੇ ਨਿੱਕਾ ਜਿਹਾ ਬੱਚਾ 3 ਸਾਲ ਦਾ ਅਤੇ ਮੈਨੂੰ ਆਪ ਵੀ ਮੈਂ ਠੀਕ ਨਹੀਂ ਗੀ ਅਤੇ ਅੱਜ ਮੈਂ ਆਪ ਵੀ ਠੀਕ ਨਹੀਂ ਗੀ ਅਤੇ ਪਰ ਵਹੁਟੀ ਦਾ ਵੀ ਤਲਾਕ ਹੋਇਆ ਉਹਦੀ ਦਾ ਅਤੇ ਮੁੰਡਾ 3 ਸਾਲ ਦਾ ਅਤੇ ਉਹ ਵੀ ਗਲਾ ਕਿਸੇ ਦੇ ਬੱਚੇ ਬਚਣ ਹਾਏ ਉਹ ਨਹੀਂ ਹਟਦੀ ਕਿ ਲੋਕਾਂ ਦੇ ਬਹੁਤ ਜ਼ਿਆਦਾ ਹੀ ਨਸ਼ਾ ਵੇਚਦੀ ਆ ਅਤੇ ਜੇ ਉਹਨਾਂ ਨੂੰ ਕਹੀਏ ਕਹਿੰਦੇ ਆ ਨਾ ਅਤੇ ਆਉਂਦੀ ਸੀ ਕਿ ਮੇਰੇ ਵੱਡੇ ਵੱਡਿਆਂ ਨਾਲ ਬਹਿਣੀ ਖਲੋਣੀ ਮੈਨੂੰ ਕੋਈ ਨਸ਼ਾ ਵੇਚਣ ਡੱਕ ਨਹੀਂ ਸਕਦਾ ਮੈਂ ਬਥੇਰੇ ਹੱਥ ਜੋੜਦੀ ਹਾਂ ਕਿ ਨਹੀਂ ਅਸੀਂ ਨਹੀਂ ਜਾਣਾ ਉਹਦੇ ਕੋਲ ਤਾਂ ਆਉਂਦਾ ਸੀ ਉਹਨੂੰ ਕੋਈ ਡੱਕ ਨਹੀਂ ਆਉਂਦੀ ਮੈਨੂੰ ਸਕਦਾ ਵੇਚਣ ਨਹੀਂ ਮੈਨੂੰ ਡੱਕ ਸਕਦਾ ਕੋਈ ਨਹੀਂ ਡੱਕ ਸਕਦਾ ਮੇਰਾ ਸ਼ਰੇਆਮ ਪਿੰਡ ਜੋਧਪੁਰ ਨੌ ਸੱਸ ਵੇਚਦੀਆਂ ਅਤੇ ਅਸੀਂ ਰੋਟੀ ਇਹਦੇ ਸਿਰੋਂ ਖਾਂਦੇ ਹਾਂ ਅਤੇ ਅਸੀਂ ਸਾਨੂੰ ਕੋਈ ਡੱਕ ਨਹੀਂ ਸਕਦਾ ਸਾਨੂੰ ਪੁਲਿਸ ਵਾਲਾ ਕੋਈ ਨਹੀਂ ਕਹਿ ਸਕਦਾ ਕੁਝ ਜੇ ਪੁਲਿਸ ਵਾਲੇ ਫੜਨ ਵੀ ਜਾਂਦੇ ਸੀ ਪਰ ਨਹੀਂ ਉਹ ਆਉਂਦੇ ਸੀ ਸਾਨੂੰ ਕੋਈ ਨਹੀਂ ਫੜ ਕੇ ਖੜ ਸਕਦਾ ਗੜੂ ਸਿੱਧੀਆਂ ਹੋ ਜਾਂਦੀਆਂ ਉਹ ਦੋਵੇਂ ਨੌ ਸੱਸ ਸੀ ਕੀ ਮੰਗ ਕਰਦੇ ਜੀ ਹੁਣ ਇਹ ਮੰਗ ਕਰਦੇ ਸਾਨੂੰ ਇਨਸਾਫ ਦੀ ਮੰਗ ਮਿਲਣੀ ਚਾਹੀਦੀ ਇਹਦੇ ਕੋਲ ਜ਼ਰੂਰੀ ਬੇਟਾ ਇਸ ਲਈ ਕਿੱਥੇ ਡੈਥ ਹੋ ਗਈ ਅੱਜ ਡੈਥ ਹੋ ਗਈ ਆ ਅਤੇ ਘਰੇ ਘਰੇ ਆ ਲੈ ਗਏ ਚੁੱਕ ਕੇ ਉਹਦੇ ਉਹਦੇ ਘਰਾਂ ਲਾਗੋ ਪਰੇ ਇੱਕ ਬਲਜੀਤ ਕੌਰ ਪਤਨੀ ਫਤਿਹ ਸਿੰਘ ਹੈ ਇਹਨਾਂ ਐਪਲੀਕੇਸ਼ਨ ਦਿੱਤੀ ਹੈ ਦੀਨਪੁਰ 'ਤੇ ਹੈ ਕਿ ਜਜਵੀਰ ਸਿੰਘ ਨਸ਼ਾ ਕਰਨ ਦਾ ਆਦੀ ਸੀ ਅਤੇ ਉਹਦੀ ਅੱਜ ਨਸ਼ਾ ਕਰਨ ਨਾਲ ਮੌਤ ਹੋ ਗਈ ਹੈ
ਇਹਨਾਂ ਨੇ ਇੱਕ ਲੇਡੀ 'ਤੇ ਲਾਇਆ ਵੀ ਹੈ, ਲੇਡੀ ਜਿਹੜੀ ਆ ਵੀ ਨਸ਼ਾ ਇਹਦੇ ਕੋਲੋਂ ਕੀਤਾ ਵਾ, ਹੁਣ ਇਹ ਆਪਣੇ ਕੋਲ ਦਰਖਾਸਤ ਆਈ ਹੈ ਅਤੇ ਅਸੀਂ ਇਹਦੀ ਵੈਰੀਫਾਈ ਕਰ ਰਹੇ ਹਾਂ। ਗਜਵੀਰ ਸਿੰਘ ਆ ਲੜਕਾ ਜਿਹੜਾ ਨਸ਼ਾ ਕਰਨਾ ਆਦੀ ਬੋਡੀ ਨੂੰ, ਤੁਸੀਂ ਬੋਡੀ ਨੂੰ ਕਬਜ਼ੇ ਲੈ ਕੇ ਅਤੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਵੀ ਕਰਾਂਗੇ।